ਕੈਦੀਆਂ ਦੇ ਗੁੱਟਾਂ ਦੇ ਵਿਚਾਲੇ ਝੜਪ ਦੀ ਖਬਰ ਹੈ। ਜੇਲ੍ਹ ਦੇ ਅੰਦਰ ਕੈਦੀਆਂ ਨੇ ਅੱਗ ਲਗਾਈ ਹੈ, ਇਹ ਵੀ ਖਬਰ ਹੈ। ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਹੈ, ਇੱਕ ਪੁਲਿਸ ਮੁਲਾਜ਼ਮ ਇਸ ਦੌਰਾਨ ਜ਼ਖਮੀ ਹੋਇਆ ਹੈ। ਸੋ ਗੁਰਦਾਸਪੁਰ ਦੇ ਨਾਲ ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ, ਜਿੱਥੇ ਕਿ ਜ਼ਬਰਦਸਤ ਹੰਗਾਮਾ ਹੋਇਆ ਹੈ। ਦੱਸਿਆ ਜਾ ਰਿਹਾ ਕਿ ਕੈਦੀਆਂ ਦੇ ਗੁੱਟਾਂ ਦੇ ਵਿਚਾਲੇ ਝੜਪ ਹੋਈ ਹੈ। ਜੇਲ੍ਹ ਦੇ ਅੰਦਰ ਕੈਦੀਆਂ ਦੇ ਵੱਲੋਂ ਅੱਗ ਤੱਕ ਲਗਾ ਦਿੱਤੀ ਗਈ। ਵੱਡੀ ਗਿਣਤੀ ਵਿੱਚ ਪੁਲਿਸ ਬਲ ਜਿਹੜਾ ਕਿ ਤੈਨਾਤ ਕਰ ਦਿੱਤਾ ਗਿਆ, ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਕੇ 'ਤੇ ਮੌਜੂਦ ਹੈ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਕੈਦੀਆਂ ਦੇ ਗੁੱਟਾਂ ਦੇ ਵਿਚਾਲੇ ਜਿਹੜੀ ਕਿ ਝੜਪ ਹੁੰਦੀ ਹੈ, ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਕੈਦੀਆਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ, ਕਿਵੇਂ ਧੂੰਏ ਦਾ ਗੁਬਾਰ ਨਿਕਲਦਾ ਹੋਇਆ, ਅੱਗ ਦੀਆਂ ਲਪਟਾਂ ਨਿਕਲਦੀਆਂ ਸਾਫ਼ ਤੌਰ 'ਤੇ ਵੇਖਿਆ ਜਾ ਸਕਦੀਆਂ। ਦਰਅਸਲ ਗੁਰਦਾਸਪੁਰ ਕੇਂਦਰੀ ਜੇਲ੍ਹ ਦੀਆਂ ਤਸਵੀਰਾਂ ਜਿੱਥੇ ਕਿ ਅਚਾਨਕ ਇਹ ਜ਼ਬਰਦਸਤ ਹੰਗਾਮਾ ਹੋ ਜਾਂਦਾ, ਹਾਲਾਂਕਿ ਪੂਰਾ ਜਾਂਚ ਦਾ ਵਿਸ਼ਾ ਕਿ ਆਖਿਰਕਾਰ ਇਸਦੇ ਇਸਦੀ ਵਜ੍ਹਾ ਕੀ ਰਹੀ, ਕਿਉਂ ਕੈਦੀਆਂ ਦੇ ਜਿਹੜੇ ਗੁੱਟ ਆਪਸ ਦੇ ਵਿੱਚ ਜਿਹਨਾਂ ਦੀ ਝੜਪ ਹੁੰਦੀ ਆਮੋ ਸਾਹਮਣੇ ਹੁੰਦੇ ਨੇ, ਅਤੇ ਆਖਿਰਕਾਰ ਅੱਗ ਤੱਕ ਲਗਾਉਣ ਦੀ ਨੌਬਤ ਕਿਉਂ ਆ ਗਈ, ਪੂਰਾ ਮਾਮਲਾ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ। ਜਦੋਂ ਕਿਸੇ ਕੇਂਦਰੀ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੇ, ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤਾਂ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਕਿਵੇਂ ਜਿਹੜੇ ਕੈਦੀਆਂ ਦੇ ਗੁੱਟ ਆਮੋ ਸਾਹਮਣੇ ਹੋ ਗਏ ਅਤੇ ਕਿਵੇਂ ਅੱਗ ਤੱਕ ਜਿਹੜੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਵੱਲੋਂ ਲਗਾ ਦਿੱਤੀ ਗਈ। ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦਾ ਵਿਸ਼ਾ ਹੈ। ਮੌਕੇ ਦੀ ਸਥਿਤੀ ਨੂੰ ਪੂਰਾ ਸੰਭਾਲਣ ਵਾਸਤੇ ਕੰਟਰੋਲ ਕਰਨ ਦੇ ਲਈ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਮੌਕੇ 'ਤੇ ਮੌਜੂਦ ਹੈ। ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ, ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ, ਅਧਿਕਾਰੀ ਉਹ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਜੋ ਕਿ ਅੱਗ ਲਗਾਈ ਗਈ, ਉਸ ਤੋਂ ਬਾਅਦ ਧੂੰਏ ਦਾ ਗੁਬਾਰ ਨਿਕਲਦਾ ਹੈ ਸਾਫ਼ ਤੌਰ 'ਤੇ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਆਖਿਰਕਾਰ ਇਸ ਝੜਪ ਦੀ ਵਜ੍ਹਾ ਕੀ ਰਹੀ, ਕਿਸ ਕਾਰਨ ਕਰਕੇ ਕੈਦੀਆਂ ਜਿਹੜੇ ਗੁੱਟ ਆਪਸ ਦੇ ਵਿੱਚ ਭਿੜਦੇ ਨੇ ਅਤੇ ਕੈਦੀਆਂ ਦੇ ਵੱਲੋਂ ਅੱਗ ਤੱਕ ਲਗਾ ਦਿੱਤੀ ਜਾਂਦੀ। ਪੇਸ਼ੈਂਟਸ ਆਏ ਨੇ, ਇੱਕ SHO ਮਨਦੀਪ ਸਲਗੋਤਰਾ ਧਾਰੀਵਾਲ ਦੇ ਨੇ, ਇੱਕ ASI ਜਗਦੀਪ ਸਿੰਘ ਆ ਅਤੇ ਇੱਕ ਜੇਲ੍ਹ ਸਿਕਿਉਰਿਟੀ ਗਾਰਡ ਯੋਧਾ ਸਿੰਘ ਆ। ਹਿਸਟਰੀ ਦੇ ਰਹੇ ਨੇ ਕਿ ਜੇਲ੍ਹ ਦੇ ਵਿੱਚ ਕੋਈ ਅਸੋਲਟ ਹੋ ਗਿਆ ਸੀ ਪ੍ਰਿਜ਼ਨਰਸ ਦਾ ਆਪਸ ਦੇ ਵਿੱਚ, ਇੱਕ ਸਿਕਿਉਰਿਟੀ ਪਰਪਸ ਲਈ ਗਏ ਹੋਣੇ ਅਤੇ ਉਹਨਾਂ ਦੀ ਵੀ ਕੁਝ ਇੰਜਰੀਜ਼ ਹੈਗੀਆਂ ਨੇ, ਇਸ ਕਰਕੇ ਆਏ ਸੀਗੇ। ਟ੍ਰੀਟਮੈਂਟ ਸਾਰਾ ਦੇ ਦਿੱਤਾ ਗਿਆ। ਕਿਸ ਤਰ੍ਹਾਂ ਦੇ ਨੇ ਇੰਜਰੀਜ਼? ਠੀਕ ਹੈ, ਹਲਕੇ ਹਲਕੇ ਵੂੰਡਸ ਹੈਗੇ ਨੇ ਅਤੇ ਸਮ ਕਹਿ ਰਹੇ ਕਿ ਪੱਥਰ ਵਗੈਰਾ ਵੀ ਚੱਲੇ ਨੇ, ਉਸ ਹਿਸਾਬ ਨਾਲ ਇੰਜਰੀਜ਼ ਹੈਗੀਆਂ ਨੇ। ਨਹੀਂ, ਫਿਲਹਾਲ ਸਟੇਬਲ ਨੇ ਪੇਸ਼ੈਂਟ, ਕੋਈ ਹੋਰ ਜਗ੍ਹਾ। ਹਾਂਜੀ, ਸੱਟਾਂ MLR ਦੇ ਵਿੱਚ ਆਪਾਂ ਨੋਟ ਕਰ ਦੇਵਾਂਗੇ ਅਤੇ ਥੋੜ੍ਹੀ ਬਹੁਤੀ ਹੈ ਨੇ, ਸੁਪਰਫੀਸ਼ੀਅਲ ਨੇ ਉਵੇਂ। ਸੱਟਾਂ ਕਾਹਦੀਆਂ ਹੈਗੀਆਂ ਨੇ, ਕੋਈ ਕੱਟਦੀ ਨੇ ਕਿ ਜਾਂ ਕੋਈ ਪੱਥਰ ਪੁੱਟਦੀ ਹੈਗੇ? ਫਿਲਹਾਲ ਹਿਸਟਰੀ ਪੱਥਰ ਦੀ ਹੈ ਅਤੇ ਲਗਭਗ ਸੱਟ ਵੀ ਉਹ ਜਿਹੀ ਹੈਗੀ ਹੈ। ਪਰ ਜੇਲ੍ਹ ਵਿੱਚ ਵੱਡਾ ਕੰਮ ਆਇਆ ਔਰ ਉੱਥੇ ਪੁਲਿਸ ਵੱਲੋਂ ਕੰਟਰੋਲ ਨਹੀਂ ਕੀਤਾ ਜਾ ਰਿਹਾ, ਆਰਮੀ ਵੀ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਚੁੱਕੀ ਆ, ਔਰ ਜੋ ਸੂਤਰਾਂ ਤੋਂ ਮਿਲੀ ਜਾਣਕਾਰੀ ਹੈ ਵੀ ਜੇਲ੍ਹ ਵਿੱਚ ਕੈਦੀ ਜਿਹੜੇ ਭੁੱਟ ਗਏ ਨੇ ਆਪਸ 'ਚ, ਉਹਨੂੰ ਬਚਾਉਣ ਵਾਸਤੇ ਜਦੋਂ ਉਹਨਾਂ ਲੋਕਾਂ ਦੇ ਪੁਲਿਸ ਅਧਿਕਾਰੀ ਗਏ, ਉਹਨਾਂ ਨੇ ਹਮਲਾ ਕਰਤਾ ਔਰ ਹੁਣ ਜਿਹੜੀ ਪੁਲਿਸ ਵੱਲੋਂ ਆਰਮੀ ਮਦਦ ਲਈ ਜਾ ਰਹੀ। ਤੁਸੀਂ ਦੱਸੋ, ਗੁਰਦਾਸਪੁਰ ਜੇਲ੍ਹ ਵਿੱਚ ਵੱਡੀ ਗਿਣਤੀ ਵਿੱਚ ਇੱਥੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਨੇ, ਪੁਲਿਸ ਸੁਰੱਖਿਆਕਾਰੀ ਪਹੁੰਚੇ, ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਵੀ ਇੱਥੇ ਜਿਹੜੇ ਜੇਲ੍ਹ ਵਿੱਚ ਕੈਦੀ ਆਪਸ 'ਚ ਭਿੜੇ ਸੀ, ਜਿਹਨਾਂ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਜਦੋਂ ਗਈ ਦੇ ਨਾਲ ਉਹਨਾਂ 'ਤੇ ਵੀ ਹਮਲਾ ਕਰਤਾ। ਨਿਊਜ਼ ਏਟਰ ਪੰਜਾਬ ਲਈ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ। ਇਸੇ ਖਬਰ 'ਤੇ ਹੋਰ ਤੁਹਾਡਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਿਸ਼ੰਬਰ ਬਿੱਟੂ ਜੁੜ ਚੁੱਕੇ ਨੇ। ਬਿਸ਼ੰਬਰ, ਹੁਣ ਤੱਕ ਦੀ ਕੀ ਜਾਣਕਾਰੀ ਆ, ਮੌਕੇ ਦੀ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਦੱਸੀ ਜਾ ਰਹੀ ਹੈ? ਜੀ ਬਰਿੰਦਰ, ਬਿਲਕੁਲ, ਜਿਹੜੀ ਹੁਣ ਤਾਂ ਵੀ ਪੁਜੀਸ਼ਨ ਇਹ ਆ ਵੀ ਜਿਹੜੀ ਜੇਲ੍ਹ ਵਿੱਚ ਹੰਗਾਮਾ ਲਗਾਤਾਰ ਜਾਰੀ ਆ, ਔਰ ਇੱਥੇ ਜਿਹੜੇ ਕੈਦੀ ਨੇ ਉਹ ਅੰਦਰੋਂ ਕਦੇ ਕਦੇ ਉਹ ਅੱਗ ਦੀ ਲਪਟਾਂ ਬਾਹਰ ਹੁਣ ਦਿਖਾਈ ਦਿੰਦੀਆਂ ਨੇ, ਉਸ ਤੋਂ ਇਲਾਵਾ ਪੁਲਿਸ ਵੱਲੋਂ ਵੀ ਗੋਲੀ ਚਲਾਉਣ ਦੀਆਂ ਆਵਾਜ਼ਾਂ ਆਉਂਦੀਆਂ ਨੇ। ਔਰ ਜਦੋਂ ਜੋ ਸਰਕਾਰੀ ਹਸਪਤਾਲ ਵਿੱਚ 4 ਪੁਲਿਸ ਕਰਮਚਾਰੀ ਜਿਹੜੇ ਫਟ ਰਹੇ ਉਹ ਆ ਚੁੱਕੇ ਨੇ, 2 ਕੈਦੀ ਵੀ ਆਏ ਨੇ ਜਿਹਨਾਂ ਦਾ ਉੱਥੇ ਇਲਾਜ ਚੱਲ ਰਿਹਾ। ਪਰ ਬੜੀ ਦੁੱਖ ਦੀ ਗੱਲ ਪਰ ਇੰਨਾ ਹੰਗਾਮਾ ਸਵੇਰ ਦਾ ਚੱਲ ਰਿਹਾ, ਲੇਕਿਨ ਕੋਈ ਵੀ ਪੁਲਿਸ ਅਧਿਕਾਰੀ ਜਾਂ ਜੇਲ੍ਹ ਪ੍ਰਸ਼ਾਸਨ ਦੀ ਅਥਾਰਟੀ ਦਾ ਅਧਿਕਾਰੀ ਪ੍ਰੈਸ ਨੂੰ ਗੱਲ ਦੱਸਣ ਨੂੰ ਤਿਆਰ ਤੱਕ ਨਹੀਂ ਵੀ ਕੀ ਘਟਨਾ ਹੋਈ ਔਰ ਕੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਜੇਲ੍ਹ ਵਾਲੇ ਪੁਲਿਸ ਵੱਡੀ ਗਿਣਤੀ ਵਿੱਚ ਜਿਹੜੀ ਪੁਲਿਸ ਫੋਰਸ ਜਿਹੜੀ ਦੋਵਾਂ ਜ਼ਿਲ੍ਹਿਆਂ ਤੋਂ ਗੁਰਦਾਸਪੁਰ, ਪਠਾਨਕੋਟ, ਬਟਾਲਾ ਔਰ ਨਾਲ ਨਾਲ ਮਕੇਰੀਆਂ ਦੀ ਪੁਲਿਸ ਫੋਰਸ ਪਹੁੰਚੀ ਹੋਈ ਆ। ਜੇਲ੍ਹ ਦੇ ਅਲੱਗ ਅਲੱਗ ਸਕਿਉਰਟੀ ਜਿਹੜੀ ਵਧਾ ਦਿੱਤੀ ਗਈ ਆ ਔਰ ਹੰਗਾਮਾ ਹਾਲੇ ਤੱਕ ਜਾਰੀ ਆ, ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ, ਕਿਉਂਕਿ ਜੋ ਸੂਤਰਾਂ ਮਿਲਿਆ ਸੀ ਪਤਾ ਲੱਗਿਆ ਸੀ ਕੈਦੀਆਂ ਦੇ 2 ਗਰੁੱਪ ਆਪਸ 'ਚ
ਭਿੜੇ ਸੀ ਜਿਹਨੂੰ ਲੈ ਕੇ ਰੋਕਣ ਵਾਸਤੇ ਜਦੋਂ ਪੁਲਿਸ ਕਰਮਚਾਰੀ ਜੇਲ੍ਹ ਕਰਮਚਾਰੀ ਅੰਦਰ ਗਏ ਤੇ ਕੈਦੀਆਂ ਦੇ ਗਰੁੱਪ ਨੇ ਉਹਨਾਂ ਦਾ ਵੀ ਹਮਲਾ ਕਰਤਾ ਜਿਹਦੇ ਕਰਕੇ ਸਾਰਾ ਹੰਗਾਮਾ ਹੋਇਆ। ਫਿਰ ਪੁਲਿਸ ਨੂੰ ਆਪਣੇ ਕਰਮਚਾਰੀ ਸੁਰੱਖਿਆ ਵਾਸਤੇ ਹੋਰ ਵੀ ਫੋਰਸ ਮੰਗਾਉਣੀ ਪਈ ਔਰ ਕੈਦੀਆਂ ਨੇ ਉੱਥੋਂ ਇੱਟਾਂ ਵੱਟਿਆਂ ਨਾਲ ਉਹਨਾਂ ਤੇ ਹਮਲਾ ਕੀਤਾ ਜਿਹਦੇ ਕਰਕੇ ਜਿਹੜੇ ਚਾਲ ਪੁਲਿਸ ਕਰਮਚਾਰੀ ਫਟਰ ਹੋਏ ਨੇ, ਉਸ ਤੋਂ ਇਲਾਵਾ ਕੈਦੀ ਵੀ ਫਟਰ ਹੋਏ ਨੇ ਔਰ ਲਗਾਤਾਰ ਇਹ ਹੰਗਾਮਾ ਹਜੇ ਤੱਕ ਜਾਰੀ ਹੈ। ਕੰਟਰੋਲ ਹੰਗਾਮਾ ਨਹੀਂ ਹੋ ਸਕਿਆ ਔਰ ਫਿਲਹਾਲ ਪੁਲਿਸ ਵੀ ਕੋਈ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰਦੀ, ਲੇਕਿਨ ਪੁਲਿਸ ਜੇਲ੍ਹ ਦੇ ਬਾਹਰ ਪੂਰਾ ਮਜਮਾ ਲੱਗਾ ਹੋਇਆ, ਲੋਕ ਇਕੱਠੇ ਹੋਏ ਨੇ, ਪੁਲਿਸ ਨੇ ਵੱਡੀ ਗਿਣਤੀ ਵਿੱਚ ਆਈ ਆ। ਬਿਸ਼ੰਬਰ ਆਪਣੇ ਆਪ ਦੇ ਸਵਾਲ ਖੜੇ ਹੋਣੇ ਸੁਭਾਵਿਕ ਨੇ, ਇੱਕ ਪਾਸੇ ਗੁਰਦਾਸਪੁਰ ਬਿਲਕੁਲ ਸਰਹੱਦੀ ਇਲਾਕਾ, ਦੂਜੇ ਪਾਸੇ ਕੇਂਦਰੀ ਜੇਲ੍ਹ ਦੇ ਵਿੱਚ ਅਜਿਹੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਣਾ, ਅੱਗ ਤੱਕ ਲਗਾ ਦੇਣੀ, ਇਸ ਤਰੀਕੇ ਦੀ ਝੜਪ ਹੋਣੀ, ਸਵਾਲ ਸੁਰੱਖਿਆ ਨੂੰ ਲੈ ਕੇ ਜ਼ਰੂਰ ਖੜੇ ਹੁੰਦੇ ਨੇ। ਕੀ ਹੁਣ ਤੱਕ ਇਹ ਸਾਫ਼ ਹੋ ਪਾਇਆ ਕਿ ਆਖਿਰਕਾਰ ਕਿਸ ਗੱਲ ਨੂੰ ਲੈ ਕੇ ਵਜ੍ਹਾ ਕੀ ਰਹੀ ਇਸ ਝੜਪ ਦੀ, ਜਾਂ ਕਿਸੇ ਕੈਦੀ ਬਾਰੇ ਕੋਈ ਜਾਣਕਾਰੀ ਹੋਵੇ ਕਿਹੜੇ ਕੈਦੀ ਸਨ ਉਹਨਾਂ ਦੇ ਵਿੱਚ, ਕਿਹੜੇ ਕੇਸਾਂ ਦੇ ਵਿੱਚ ਦਰਅਸਲ ਉਹ ਕੈਦ ਜੇਲ੍ਹ ਦੇ ਵਿੱਚ ਸਨ? ਜੀ ਬਿਲਕੁਲ ਪਰਮਜੀਤ, ਇਸ ਤਰ੍ਹਾਂ ਮੈਂ ਤੁਹਾਨੂੰ ਇਹੀ ਦੱਸਿਆ ਕਿ ਪੁਲਿਸ ਅਧਿਕਾਰੀ ਜਾਂ ਜੇਲ੍ਹ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਅਜੇ ਤੱਕ ਪੁਸ਼ਟੀ ਨਹੀਂ ਕਰ ਰਿਹਾ ਵੀ ਕੀ ਹੋਈ ਹੈ ਘਟਨਾ, ਕਿਉਂਕਿ ਤੁਸੀਂ ਦੇਖ ਸਕਦੇ ਅਸੀਂ ਜਦੋਂ ਤੁਹਾਨੂੰ ਤਸਵੀਰਾਂ ਭੇਜੀਆਂ ਜਿੱਥੇ ਅੱਗ ਲਗਾਈ ਗਈ ਆ, ਉਹ ਕੈਦੀ ਜਿਹੜੇ ਨੇ ਜਦੋਂ ਮੀਡੀਆ ਦੇ ਕਰਮੀ ਵੀ ਲੋਕੇ ਉੱਥੇ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਉਹਨਾਂ ਨੂੰ ਵੀ ਵੱਟੇ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ। ਤੁਸੀਂ ਦੇਖ ਸਕਦੇ ਵੀ ਉਹ ਉਹਨਾਂ ਦੇ ਇੰਨੇ ਦਿਲ ਵਧੇ ਹੋਏ ਨੇ ਤੇ ਜਿਹੜੇ ਉਹ ਬਾਹਰ ਤੱਕ ਵੱਡੇ ਚਲਾ ਰਹੇ ਨੇ ਔਰ ਪੁਲਿਸ ਵੱਲੋਂ ਅਜੇ ਤੱਕ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਹ ਵੱਡੀ ਗਿਣਤੀ 'ਚ ਪੁਲਿਸ ਦਾ ਨਾਂ ਤਾਂ, ਲੇਕਿਨ ਪੁਲਿਸ ਵੱਲੋਂ ਕੋਈ ਵੀ ਅਧਿਕਾਰੀ ਬਾਹਰ ਅੱਗੇ ਬਿਆਨ ਦੇਣ ਨੂੰ ਤਿਆਰ ਤੱਕ ਨਹੀਂ ਗਿਆ ਕਿ ਕਿੱਥੇ ਜਿਹੜਾ ਕੀ ਗੱਲ ਹੋਈ ਆ, ਕਾਰਨ ਕੀ ਹੋਇਆ, ਕਿਸ ਗੱਲ ਨੂੰ ਲੈ ਕੇ ਕੈਦੀ ਲੜੇ ਨੇ, ਜਾਂ ਜੋ ਸੂਤਰੀ ਦੱਸਦੇ ਰਹੇ ਵੀ ਇਸੇ ਦੋ ਕੈਦੀਆਂ ਨੇ ਗੁੱਟ ਆਪਸ 'ਚ ਲੜੇ ਸੀ ਜਿਹਦੇ ਕਰਕੇ ਸਾਰਾ ਹੰਗਾਮਾ ਹੋਇਆ। ਜੀ ਬਿਸ਼ੰਬਰ, ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ, ਇਸ ਨੂੰ ਲੈ ਕੇ ਕੀ ਜਾਣਕਾਰੀ? ਜੀ ਪੁਲਿਸ ਇੱਕ ਮੁਲਾਜ਼ਮ ਨਹੀਂ, ਪੁਲਿਸ ਦੇ ਚਾਰ ਕਰਮਚਾਰੀ ਫਟ ਰਹੇ, ਜਿਨ੍ਹਾਂ ਵਿੱਚ ਮਨਦੀਪ ਸਰਲਵੋਤਰਾ ਜੋ ਧਾਰੀਵਾਲ ਦੇ SHO ਨੇ, ਇੱਕ ਥਾਣੇ ਦੇ ਮੁਨਸ਼ੀ ਨੇ ਔਰ ਕਿਸੇ SI ਨੇ ਔਰ ਇੱਕ ਹੋਰ ਚੱਕੀ ਹਵਾਲਦਾਰ ਨੇ, ਪੁਲਿਸ ਦੇ ਚਾਰ ਪੰਜ ਕਰਮਚਾਰੀ ਫਟਰ ਹੋਏ ਨੇ ਜਿਹੜੇ ਉੱਥੇ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਚੱਲ ਰਿਹਾ, ਲੇਕਿਨ ਉਹ ਵੀ ਕੁਛ ਦੱਸਣ ਨੂੰ ਤਿਆਰ ਨੀਗਾ, ਕਿਹਾ ਵੀ ਪੁਲਿਸ ਅਧਿਕਾਰੀਆਂ ਵੱਲੋਂ ਸ਼ਾਇਦ ਉਹਨਾਂ ਨੂੰ ਵੀ ਮਨਾ ਕੀਤਾ ਗਿਆ ਵੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਕਰਨੀ, ਉਹ ਵੀ ਉੱਥੇ ਸਾਡੇ ਕੈਮਰੇ 'ਚ ਦਿਖਾਏ ਨੇ ਵੀ SHO ਧਾਰੀਵਾਲ ਦੇ ਮੌਜੂਦਾ ਨੇ, ਉਹ ਵੀ ਫਟਰ ਹੋਏ ਸਨ ਉਹਨਾਂ ਦੇ ਕੈਦੀਆਂ ਵੱਲੋਂ ਗਿਟਾਰ ਰੋਡੇ ਚਲਾਏ ਜਾਣ ਤੋਂ ਬਾਅਦ। ਜੀ ਬਿਸ਼ੰਬਰ, ਇਸ ਵੇਲੇ ਦੀਆਂ ਤਸਵੀਰਾਂ ਕਿਸ ਤਰ੍ਹਾਂ ਦੀਆਂ ਨੇ? ਕੀ ਅਜੇ ਵੀ ਅੱਗ ਲੱਗੀ ਹੋਈ ਹੈ, ਕੀ ਧੂੰਆਂ ਨਿਕਲਦਾ ਹੋਇਆ ਅਜੇ ਵੀ ਨਜ਼ਰ ਆ ਰਿਹਾ ਹੈ, ਮੌਕੇ ਦੀ ਫਿਲਹਾਲ ਸਥਿਤੀ ਕੀ ਹੈ? ਜੀ ਬਿਲਕੁਲ, ਜੇ ਧੂੰਆਂ ਨਿਕਲਦਾ ਪਹਿਲਾਂ ਕੁਛ ਦੇਰ ਤੱਕ ਆ ਰਿਹਾ ਸੀ, ਫਿਲਹਾਲ ਤਾਂ ਪੋਜੀਸ਼ਨ ਜਿਹੜੀ ਅੱਗੇ ਨਾਲ ਕੰਟਰੋਲ 'ਚ, ਜਿੱਦਾਂ ਸਵੇਰੇ ਦੁਪਹਿਰੇ ਹੰਗਾਮਾ ਸੀ ਉਸ ਤੋਂ ਕਾਫੀ ਫਰਕ ਆ, ਲੇਕਿਨ ਜਿਹੜੇ ਸਥਿਤੀ ਅਜੇ ਤੱਕ ਕੰਟਰੋਲ 'ਚ ਨਹੀਂ ਆ ਸਕੀ ਕਿਉਂਕਿ ਪੁਲਿਸ ਦੀਆਂ ਗੱਡੀਆਂ ਲਗਾਤਾਰ ਆ ਰਹੀਆਂ ਨੇ, ਅੰਦਰ ਜਾ ਰਹੀਆਂ ਨੇ, ਕਿਸੇ ਨੂੰ ਬਿਨਾਂ ਗੱਲ ਦੱਸਿਆ ਉਹ ਗੇਟ ਖੋਲਦੇ ਅੰਦਰ ਵੜਦੇ ਨੇ ਤੇ ਉਸ ਤੋਂ ਬਾਅਦ ਤਾਲਾ ਗੇਟ ਬੰਦ ਕਰ ਦਿੰਦੇ ਨੇ, ਕਿਸੇ ਮੀਡੀਆ ਕਰਮਚਾਰੀ ਵੀ ਅੰਦਰ ਨਹੀਂ ਜਾਣਦਾ ਜਾ ਰਿਹਾ। ਇਹ ਜੋ ਆਸ ਪਾਸ ਜੇਲ੍ਹ, ਕਿਉਂਕਿ ਮੁਹੱਲੇ 'ਚ ਹੁਣ ਜੇਲ੍ਹ ਹੋਣ ਕਰਕੇ ਛਾਲਸ ਵਗੈਰਾ ਜਦ ਧੂੰਏ ਦੇ ਲੈ ਕੇ ਇਹਨੂੰ ਜਿਹੜੇ ਭੇਜੇ ਜਾ ਰਹੇ ਨੇ ਔਰ ਜਿਹੜਾ ਹੰਗਾਮਾ ਅੱਜ ਤੱਕ ਕੰਟਰੋਲ ਨਹੀਂ ਕਰ ਸਕੀ ਕਿਉਂਕਿ ਕੋਈ ਅਧਿਕਾਰੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਕਿ ਹੰਗਾਮਾ ਕੰਟਰੋਲ ਹੋ ਗਿਆ ਕਿ ਨਹੀਂ ਹੋ ਗਿਆ। ਪਹਿਲੀ ਗੱਲ ਸਭ ਪੁਲਿਸ ਪ੍ਰਸ਼ਾਸਨ ਦੀ ਜਾਂ ਜੇਲ੍ਹ ਪ੍ਰਸ਼ਾਸਨ ਦੀ ਵੀ ਸਵੇਰ ਦਾ ਹੰਗਾਮਾ ਚੱਲ ਰਿਹਾ, ਕਈ ਸੂਤਰ ਦੇ ਵੀ ਦੱਸਿਆ ਵੀ ਸ਼ਾਇਦ ਰਾਤ ਨੂੰ ਸ਼ੁਰੂ ਹੋ ਗਿਆ ਸੀ, ਲੇਕਿਨ ਸਵੇਰ ਦਾ ਹੰਗਾਮਾ ਚੱਲਣ ਦੇ ਬਾਅਦ ਚਾਰ ਤੋਂ ਉੱਪਰ ਟਾਈਮ ਹੋ ਚੁੱਕਿਆ, ਲੇਕਿਨ ਪੁਲਿਸ ਵੱਲੋਂ ਕੋਈ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਪ੍ਰਸ਼ਾਸਨ ਨੂੰ, ਕਿਉਂਕਿ ਜਦੋਂ ਕਿ ਪੁਲਿਸ ਦੇ ਅਧਿਕਾਰੀ ਪ੍ਰਸ਼ਾਸਨ ਅਧਿਕਾਰੀ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਜਿਹੜਾ ਅੰਦਰ ਜੇਲ੍ਹ ਦੇ ਮੌਜੂਦ ਨੇ, ਡਿਪਟੀ ਮੈਜਿਸਟਰੇਟ ਤੱਕ ਗਏ ਜਾ ਗਏ ਨੇ, ਲੇਕਿਨ ਕਿਸੇ ਵੱਲੋਂ ਵੀ ਅਧਿਕਾਰੀ ਤੌਰ ਤੇ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਗਈ। ਜੀ ਠੀਕ ਹੈ ਬਿਸ਼ੰਬਰ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਸੋ ਗੁਰਦਾਸਪੁਰ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ, ਤਸਵੀਰਾਂ ਆਪਣੇ ਆਪ ਦੇ ਵਿੱਚ ਇਸ ਪੂਰੀ ਘਟਨਾ ਨੂੰ ਬਿਆਨ ਕਰ ਰਹੀਆਂ। ਦਰਅਸਲ ਕੇਂਦਰੀ ਜੇਲ੍ਹ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਜ਼ਬਰਦਸਤ ਹੰਗਾਮਾ ਹੁੰਦਾ ਹੈ, ਕੈਦੀਆਂ ਦੇ ਗੁੱਟਾਂ ਦੇ ਵਿਚਾਲੇ ਜੋ ਝੜਪ ਦੀ ਖਬਰ ਹੈ। ਹਾਲਾਂਕਿ ਅਧਿਕਾਰੀ ਕੋਈ ਪੁਸ਼ਟੀ ਨਹੀਂ ਕੀਤੀ ਗਈ, ਹਲੇ ਪੁਲਿਸ ਦੇ ਅਧਿਕਾਰੀ ਕੁਝ ਵੀ ਬੋਲਣ ਦੇ ਲਈ ਤਿਆਰ ਨਹੀਂ ਆ। ਹੌਲੀ ਹੌਲੀ ਇਹ ਸਥਿਤੀ ਸਾਫ਼ ਹੋਵੇਗੀ ਕਿ ਆਖਿਰਕਾਰ ਅਸਲ ਦੇ ਵਿੱਚ ਵਜ੍ਹਾ ਕੀ ਰਹੀ, ਕਿਸ ਤਰ੍ਹਾਂ ਦੀ ਜੇਲ੍ਹ ਦੇ ਅੰਦਰ ਘਟਨਾ ਵਾਪਰੀ ਹੈ। ਫਿਲਹਾਲ ਮੌਕੇ ਦੀ ਸਥਿਤੀ ਨੂੰ ਕੰਟਰੋਲ ਕਰਨ ਦੀ ਪੁਲਿਸ ਫੋਰਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਰ ਪੁਲਿਸ ਮੁਲਾਜ਼ਮ ਵੀ ਇਸ ਪੂਰੀ ਘਟਨਾ ਦੇ ਦੌਰਾਨ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਮੌਕੇ ਤੇ ਮੌਜੂਦ ਹੈ।